ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਸਪੁੱਤਰੋ ਤੇ ਸਪੁੱਤਰੀਓ, ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟਰੀਅਲ ਕੈਨੇਡਾ ਵਿਖੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਆਪਾਂ ਜੁੜ ਬੈਠੇ ਹਾਂ ਤੇ ਨਿਰੰਤਰ ਸਾਡੀਆਂ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਤੇ ਵਿਚਾਰਾਂ ਚੱਲ ਰਹੇ। ਕਿਸੇ ਨੇ ਬੜਾ ਪਿਆਰਾ ਕਿਹਾ ਹੈ, ਇਤਿਹਾਸ ਆਪਣਾ ਜੇ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁੱਲ ਜਾਓਗੇ। ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਹੈ ਉਹ ਕੌਮਾਂ ਰੁੱਲ ਜਾਂਦੀਆਂ। ਮੈਂ ਆਪ ਜੀ ਨੂੰ ਇੱਕ ਗਿਆਤ ਦੇ ਵਾਸਤੇ ਦੱਸ ਦੇਵਾਂ। ਪਹਿਲੀ ਗੱਲ, ਮੈਂ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ, ਕਿਸੇ ਨੂੰ ਨੀਚਾ ਨਹੀਂ ਦਿਖਾ ਰਿਹਾ, ਪਰ ਮੈਂ ਇੱਕ ਸੁਭਾਵਿਕ ਗੱਲ ਕਰ ਰਿਹਾ। ਯੋਗ ਮਤ ਹਿੰਦੂ ਮਤ ਤੋਂ ਬਿਲਕੁਲ ਵੱਖਰਾ ਸੀ, ਪਰ ਉਹਨਾਂ ਨੇ ਆਪਣੇ ਵਿਰਸੇ ਨੂੰ ਨਾ ਸੰਭਾਲਿਆ। ਅੱਜ ਯੋਗ ਮਤ ਕਿਤੇ ਲੱਭਣਾ ਔਖਾ, ਬਹੁਤ ਘੱਟ ਗਿਆ। ਇਸੇ ਤਰ੍ਹਾਂ ਹੀ ਜੈਨ ਮਤ ਤੇ ਬੁੱਧ ਮਤ ਦੋਵੇਂ ਹਿੰਦੂ ਧਰਮ ਤੋਂ ਵੱਖਰੇ ਸਨ, ਪਰ ਆਪਣੇ ਵਿਰਸੇ ਨੂੰ ਪ੍ਰਚਾਰਨ ਤੇ ਪ੍ਰਸਾਰਨ ਦੇ ਵਿੱਚ ਪਿੱਛੇ ਰਹਿ ਗਏ। ਭਾਰਤ ਵਿੱਚ ਲਗਭਗ ਦੋਨਾਂ ਦੀ ਸੰਖਿਆ ਬਹੁਤ ਹੀ ਘੱਟ ਗਈ ਔਰ ਹਿੰਦੂ ਧਰਮ ਦੇ ਹੀ ਲੈਵਲ ਦੇ ਵਿੱਚ ਚਲੇ। ਐਸਾ ਹੀ ਨਹੀਂ ਹੈ, ਇੱਕ ਬੜੀ ਪਿਆਰੀ ਪੁਸਤਕ ਸੰਸਾਰ ਦੇ ਧਰਮ ਕਰਕੇ ਲਿਖੀ ਹੈ, ਗਿਆਨੀ ਪ੍ਰਤਾਪ ਸਿੰਘ ਜੀ ਹੋਰਾਂ ਨੇ, ਜਿਹੜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕਿਸੇ ਸਮੇਂ ਹੈੱਡ ਗ੍ਰੰਥੀ ਵੀ ਰਹੇ। ਉਹਨਾਂ ਬੜੀ ਪਿਆਰੀ ਕਿਤਾਬ ਲਿਖੀ ਸੰਸਾਰ ਦੇ ਪ੍ਰਸਿੱਧ ਧਰਮ। ਉਸ ਪੁਸਤਕ ਨੂੰ ਪੜ੍ਹੋ ਤੇ ਪਤਾ ਚੱਲਦਾ ਹੈ, ਇਸ ਦੁਨੀਆ ਤੇ ਸਿਰਫ ਇਹੀ ਪੰਜ ਧਰਮ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ। ਪੰਜ ਧਰਮ ਤੇ ਅਸੀਂ ਮੰਨਦੇ ਹਾਂ, ਜਿਨ੍ਹਾਂ ਵਿੱਚ ਤਿੰਨ ਧਰਮ ਹੈ ਜਿਹੜੇ ਉਹ ਭਾਰਤ ਦੇ ਹੈ ਤੇ ਦੋ ਭਾਰਤ ਤੋਂ ਬਾਹਰ, ਇਸ ਤਰ੍ਹਾਂ ਪੰਜ ਛੇ ਧਰਮਾਂ ਦੀ ਗੱਲ ਹੁੰਦੀ, ਜਿਹਦੇ ਵਿੱਚ ਹਿੰਦੂ ਧਰਮ ਆ ਗਿਆ, ਸਿੱਖ ਧਰਮ ਆ ਗਿਆ ਔਰ ਨਾਲ ਦੀ ਨਾਲ ਬੁੱਧ ਧਰਮ, ਇਹ ਤਿੰਨ ਜੈਨ ਤੇ ਉਦਰੀ ਸਮਾਜ, ਬਾਹਰ ਇਸਲਾਮ ਤੇ ਕ੍ਰਿਸਚੈਨਿਟੀ। ਇਹੀ ਪੰਜ ਧਰਮ ਨਹੀਂ ਹੈ, ਉਹ ਕਿਤਾਬ ਪੜ੍ਹੋ ਤੇ ਪਤਾ ਚੱਲੇਗਾ ਤੁਹਾਨੂੰ ਇਸ ਦੁਨੀਆ ਤੇ ਘੱਟ ਤੋਂ ਘੱਟ 200 ਤੋਂ ਉੱਪਰ ਧਰਮ ਰਹੇ ਆ ਕਿਸੇ ਸਮੇਂ, ਪਰ ਉਹਨਾਂ ਧਰਮਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਨਹੀਂ ਹੋਇਆ, ਉਹ ਧਰਮ ਖਤਮ ਵੀ ਹੋਏ। ਮੈਂ ਜ਼ਿਆਦਾ ਦੂਰ ਨਹੀਂ ਜਾਂਦਾ, ਤੁਹਾਨੂੰ ਸਿੱਖ ਧਰਮ ਚੋਂ ਹੀ ਦੋ ਐਗਜ਼ੈਂਪਲਸ ਦੇਣੀਆਂ ਚਾਹਾਂਗਾ। ਸਿੱਖ ਧਰਮ ਚੋਂ ਉਹਨਾਂ ਦੇ ਵਿੱਚੋਂ ਪਹਿਲੀ ਐਗਜ਼ੈਂਪਲ ਮੇਰੀ ਹੈ, ਚਾਈਨਾ ਦੇ ਵਿੱਚ ਇੱਕ ਸ਼ਹਿਰ ਰਿਹਾ ਹੈ ਨਾਨਕੀ, ਸ਼ਹਿਰ ਦਾ ਨਾਮ ਨਾਨਕੀ ਚਾਈਨਾ ਦੇ ਵਿੱਚ ਪੈਂਦਾ, ਅਜੇ ਵੀ ਸ਼ਹਿਰ ਦਾ ਨਾਮ। ਉਸ ਸ਼ਹਿਰ ਦੇ ਵਿੱਚ ਕਿਸੇ ਸਮੇਂ
ਸਿੱਖਾਂ ਦੀ ਬਹੁਤ ਆਬਾਦੀ ਹੁੰਦੀ ਸੀ। ਨਾਨਕ ਨਾਮੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਬਹੁਤ ਆਬਾਦੀ ਹੁੰਦੀ ਸੀ। ਫਿਰ ਉਸ ਜਗ੍ਹਾ ਤੇ ਜਿਹੜਾ ਹੈ ਉਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਘਟਿਆ। ਰਿਜ਼ਲਟ ਇਹ ਰਿਹਾ ਕਿ ਉਸ ਜਗ੍ਹਾ ਤੇ ਅੱਜ ਇੱਕ ਵੀ ਸਿੱਖ ਲੱਭਣਾ ਮੁਸ਼ਕਲ ਹੈ, ਨਹੀਂ ਹੈ ਕੋਈ। ਦੂਸਰੀ ਐਗਜ਼ੈਂਪਲ ਮੈਂ ਆਪ ਜੀ ਨੂੰ ਦੇਣੀ ਚਾਹਾਂਗਾ ਇੰਡੋਨੇਸ਼ੀਆ ਦੇ ਜਕਾਰਤਾ। ਇੰਡੋਨੇਸ਼ੀਆ ਜਕਾਰਤਾ ਦੇ ਵਿੱਚ ਵੀ ਕਿਸੇ ਸਮੇਂ ਜਿਹੜਾ ਹੈ ਉਹ ਸਿੱਖਾਂ ਦੀ ਬਹੁ ਗਿਣਤੀ ਸੀ, ਕਿਉਂਕਿ ਸੈਕੰਡ ਵਰਲਡ ਵਾਰ ਤੇ ਉਸ ਤੋਂ ਬਾਅਦ ਬੜੇ ਹੀ ਸਿੱਖ ਜਕਾਰਤਾ ਸਾਈਡ ਗਏ, ਬਹੁਤ ਸਿੱਖ ਸਨ ਮਲਾਇਆ 'ਚ, ਮਲੇਸ਼ੀਆ 'ਚ, ਜਕਾਰਤਾ 'ਚ। ਫਿਰ ਨਤੀਜਾ ਇਹ ਹੋਇਆ ਕਿ ਜਕਾਰਤਾ ਦੇ ਵਿੱਚ ਇੰਡੋਨੇਸ਼ੀਆ ਦੀ ਕਰੰਸੀ ਬਹੁਤ ਹੀ ਜ਼ਿਆਦਾ ਗਿਰ ਗਈ। ਜੇ ਇੰਡੋਨੇਸ਼ੀਆ 'ਚੋਂ ਤੁਸੀਂ ਜਾ ਕੇ ਕਰੀਬ 12-13 ਹਜ਼ਾਰ ਰੁਪਇਆ ਕਮਾ ਕੇ ਲਿਆਓ ਤੇ ਇੰਡੀਆ ਆ ਕੇ 1 ਰੁਪਇਆ ਬਣਦਾ ਸੀ, ਕਰੰਸੀ ਗਿਰ ਗਈ। ਕਨੇਡਾ ਅਮੈਰੀਕਾ 'ਚ ਇਹ ਹੋ ਗਿਆ ਕਿ ਇੱਧਰ ਆ ਕੇ 1 ਰੁਪਇਆ ਕਮਾ ਕੇ ਲੈ ਜਾਓ ਤੇ 60 ਰੁਪਏ ਜਾਂ 80 ਰੁਪਏ ਬਣ ਜਾਂਦੇ ਸੀ। ਸਾਡੇ ਪ੍ਰਚਾਰਕਾਂ ਦਾ ਵੀ ਧਿਆਨ ਇੰਡੋਨੇਸ਼ੀਆ ਵੱਲ ਜਾਣ ਦਾ ਹੀ ਘੱਟ ਗਿਆ ਤੇ ਕਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵੱਲ ਧਿਆਨ ਵੱਧ ਗਿਆ। ਨਤੀਜਾ ਇਹ ਹੋਇਆ ਕਿ ਉੱਥੇ ਜਿਹੜੇ ਸਾਡੇ ਕਿਸੇ ਸਮੇਂ 5,000 ਤੋਂ ਉੱਪਰ ਘਰ ਸੀ ਜਕਾਰਤਾ ਦੇ ਵਿੱਚ, ਉਹਨਾਂ ਘਰਾਂ ਦੇ ਵਿੱਚੋਂ ਵੀ ਦਸਤਾਰਾਂ ਗਾਇਬ ਹੋ ਗਈਆਂ, ਪੰਜਾਬੀ ਗਾਇਬ ਹੋ ਗਏ। ਉਹਨਾਂ ਨੇ ਵੀ ਉਧਰ ਦੇ ਹੀ ਮੁਸਲਮਾਨਾਂ 'ਚ ਆਪਣੀਆਂ ਸ਼ਾਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਦਕਿ ਉੱਥੇ 3 ਗੁਰਦੁਆਰਾ ਸਾਹਿਬ ਜਕਾਰਤਾ ਦੇ ਵਿੱਚ ਸਨ, 1 ਸਿੰਧੀਆਂ ਦਾ, 2 ਸਾਡੇ ਪੰਜਾਬੀਆਂ ਦਾ। ਪਰ ਪ੍ਰਚਾਰ ਨਹੀਂ ਸੀ, ਕੋਈ ਜਾ ਕੇ ਗ੍ਰੰਥੀ ਰਹਿੰਦਾ ਨਹੀਂ ਸੀ। ਫਿਰ ਜਦੋਂ ਇੰਟਰਨੈਟ ਦਾ ਯੁੱਗ ਆਇਆ ਤੇ ਉੱਥੋਂ ਹੀ ਸਰਦਾਰ ਹਰਦਿਆਲ ਸਿੰਘ ਜੀ ਨੇ ਕੋਸ਼ਿਸ਼ ਕੀਤੀ ਤੇ ਸਰਦਾਰ ਹਰਦਿਆਲ ਸਿੰਘ ਜੀ ਨੇ, ਜਿਹੜੇ ਕਿ ਉੱਥੋਂ ਦੇ ਹੀ ਰਹਿਣ ਵਾਲੇ ਸੀ, ਫਿਰ ਉਹਨਾਂ ਨੇ ਆਪਣੇ ਵਿਰਸੇ ਨੂੰ ਸੰਭਾਲਣ ਲਈ ਯਤਨ ਕੀਤੇ। ਦੂਸਰੇ ਦੇਸ਼ਾਂ 'ਚੋਂ ਜਾ ਕੇ ਉਗਰਾਹੀ ਕਰਕੇ ਲਿਆਂਦੀ ਕਿ ਇੱਥੇ ਜਿਹੜਾ ਜੇ ਆਪਾਂ ਸਿੱਖੀ ਨੂੰ ਨਾ ਸੰਭਾਲਿਆ ਕਹਾਣੀ ਖਰਾਬ ਹੋ ਜਾਏਗੀ। ਤਦ ਸਿੱਖੀ ਸੰਭਾਲਣੀ ਸ਼ੁਰੂ ਹੋਈ। ਹੁਣ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਜੇ ਐਗਜ਼ੈਂਪਲਾਂ ਦੀ ਗੱਲ ਸ਼ੁਰੂ ਹੋ ਹੀ ਗਈ ਹੈ ਤੇ ਇੱਕ ਐਗਜ਼ੈਂਪਲ ਮੈਂ ਹੋਰ ਵੀ ਆਪ ਜੀ ਨੂੰ ਦੇ ਦਿੰਦਾ ਕਿ ਪ੍ਰਚਾਰ ਦਾ ਅਸਰ ਕਿਵੇਂ ਹੁੰਦਾ ਹੈ। ਜੇ ਆਪਾਂ ਕਿਤੇ ਗੁਰਬਾਣੀ, ਗੁਰਮਤ ਜਾਂ ਸਿੱਖੀ ਦਾ ਪ੍ਰਚਾਰ ਕਰੀਏ ਤੇ ਉਹਦਾ ਅਸਰ ਕਿਹੋ ਜਿਹਾ ਹੁੰਦਾ ਹੈ, ਇਹਦੀ ਇੱਕ ਐਗਜ਼ੈਂਪਲ ਹੋਰ ਵੀ ਮੇਰੇ ਤੋਂ ਲੈ, ਗੱਲ ਸ਼ਾਇਦ ਸਮਝ ਆ ਜਾ। ਸੋਲਾਪੁਰ ਇੱਕ ਸ਼ਹਿਰ ਪੈਂਦਾ ਹੈ ਮਹਾਰਾਸ਼ਟਰਾ ਦੇ ਵਿੱਚ, ਇੰਡੀਆ 'ਚ, ਸੋਲਾਪੁਰ। ਉਸ ਸ਼ਹਿਰ ਦੇ ਵਿੱਚ ਇਹ ਗੱਲ ਕੋਈ 1985-86 ਦੇ ਆਸ ਪਾਸ ਦੀ ਗੱਲ, ਉਹਨਾਂ ਦਿਨਾਂ 'ਚ ਉਸ ਸ਼ਹਿਰ ਦੇ ਵਿੱਚ ਪੰਜਾਬੀ ਕੋਈ ਨਹੀਂ ਰਹਿੰਦੇ ਸੀ, ਮੈਕਸੀਮਮ ਹਿੰਦੂ ਹੀ ਸਨ, ਹਿੰਦੂ ਹੀ ਸਨ। ਫਿਰ ਕੀ ਹੋਇਆ, ਉੱਥੋਂ ਦਾ ਹੀ ਇੱਕ ਹਿੰਦੂ ਬੱਚਾ ਜਿਸਦਾ ਨਾਮ ਰਮੇਸ਼ ਕੁਮਾਰ, ਉਹ ਰਮੇਸ਼ ਕੁਮਾਰ ਸ਼੍ਰੀ ਹਜ਼ੂਰ ਸਾਹਿਬ ਗਿਆ,
ਦਰਸ਼ਨ ਕਰਨ, ਅੰਮ੍ਰਿਤ ਸੰਚਾਰ ਹੋ ਰਿਹਾ ਸੀ, ਮਨ ਦੇ ਵਿੱਚ ਫੁਰਨਾ ਫੁਰਿਆ ਤੇ ਕਲੀਨ ਸ਼ੇਵਣੀ ਸਹਿ ਜਾ ਕੇ ਪੰਜ ਪਿਆਰਿਆਂ ਨੂੰ ਕਹਿਣ ਲੱਗਾ ਮੈਨੂੰ ਵੀ ਅੰਮ੍ਰਿਤ ਛਕਾ ਦਿਓ। ਪੰਜ ਪਿਆਰਿਆਂ ਨੇ ਉਸਨੂੰ ਅੰਮ੍ਰਿਤ ਛਕਾ ਦਿੱਤਾ, ਉਹ ਰਮੇਸ਼ ਕੁਮਾਰ ਤੋਂ ਰਮੇਸ਼ ਸਿੰਘ ਬਣ ਗਿਆ। ਅੰਮ੍ਰਿਤ ਛਕਣ ਤੋਂ ਬਾਅਦ ਜਦ ਉਹ ਪੰਜ ਕਕਾਰੀ ਸਿੰਘ ਸੱਜ ਕੇ ਵਾਪਸ ਆਇਆ ਤੇ ਉੱਥੇ ਗੁਰਦੁਆਰਾ ਕੋਈ ਨਹੀਂ ਸੀ, ਪਰਿਵਾਰ ਵੀ ਮੰਦਰ ਜਾਂਦਾ ਸੀ ਤੇ ਉਹ ਵੀ ਮੰਦਰ 'ਚ ਚਲਾ ਗਿਆ। ਮੰਦਰ ਵਾਲਿਆਂ ਨੇ ਉਸਨੂੰ ਭਜਾ ਦਿੱਤਾ, ਕਹਿੰਦੇ ਆਪ ਤੋਂ ਆਤੰਕਵਾਦੀ ਬਣ ਗਏ ਹੋ, ਆਪ ਤੋਂ ਮਰੋਗੇ ਹੀ ਮਰੋਗੇ, ਹਮੇ ਵੀ ਮਰਵਾਓਗੇ, ਅਬ ਮੰਦਰ ਮੇਂ ਮਤ ਆਓ, ਇਹ ਕਹਿ ਕੇ ਭਜਾ। ਨੌਜਵਾਨ ਬੱਚਾ ਸੀ, ਉਮਰ ਉਸ ਟਾਈਮ ਤੇ ਉਸਦੀ ਕੋਈ ਰਹੀ ਹੋਵੇਗੀ 20-22 ਸਾਲ, ਤੇ ਜਦੋਂ ਕਿਤੇ ਕੋਈ ਵੀ ਇਨਸਲਟ ਹੁੰਦੀ ਹੈ ਨਾ ਵੱਡੀ ਉਮਰ ਵਾਲਾ ਤੇ ਉਹਨੂੰ ਜਲਦੀ ਬਰਦਾਸ਼ਤ ਕਰ ਜਾਂਦਾ ਹੈ, ਪਰ ਜਿਹੜਾ ਬੱਚਾ ਹੁੰਦਾ ਹੈ ਬੱਚੇ ਤੋਂ ਬਰਦਾਸ਼ਤ ਨਹੀਂ ਹੁੰਦੀ। ਹਾਂ ਇੱਕ ਚੀਜ਼ ਮੈਂ ਹੋਰ ਇੱਥੇ ਦੱਸ ਦੇਵਾਂ, ਤੁਹਾਡੇ ਤਜ਼ਰਬੇ 'ਚੋਂ ਕੰਮ ਆਵੇਗੀ, ਤਜ਼ਰਬੇ 'ਚੋਂ ਕੰਮ ਆਵੇਗੀ, ਖਾਸ ਕਰਕੇ ਜਿਹੜੇ ਪੇਰੈਂਟ ਬੈਠੇ ਆ ਜਾਂ ਜਿੰਨਾ ਪੇਰੈਂਟ ਬਣਨਾ ਉਹਨਾਂ ਲਈ। ਤੁਸੀਂ ਕੋਈ ਵੀ ਗੱਲ ਕਰੋਗੇ ਨਾ ਤੇ ਬਹੁਤ ਜਲਦੀ ਜਿਹੜੇ ਬੱਚੇ ਹੋਣਗੇ ਉਹ ਹਾਈਪਰ ਹੋ ਜਾਂਦੇ, ਵੱਡੇ ਜਲਦੀ ਹਾਈਪਰ ਨਹੀਂ ਹੁੰਦੇ। ਇਹਦੇ ਬਿਹਾਈਂਡ ਸਟੋਰੀ ਪਤਾ ਕੀ ਹੁੰਦੀ ਆ, ਬਿਹਾਈਂਡ ਰੀਜ਼ਨ ਕੀ ਹੁੰਦਾ ਹੈ, ਕਿਸੇ ਨੂੰ ਪਤਾ ਹੈ ਜੀ? ਜਾਂ ਦੱਸੀਏ, ਅਸਲ ਵਿੱਚ ਜਿੰਨਾ ਬੰਦਾ ਐਕਸਪੀਰੀਅੰਸਡ ਹੁੰਦਾ ਜਾਂਦਾ ਹੈ ਉਹਦੇ ਕੋਲ ਓਨੇ ਵਰਡ, ਓਨੀ ਵੋਕੈਬਲਰੀ ਜ਼ਿਆਦਾ ਹੁੰਦੀ ਜਾਂਦੀ ਹੈ। ਜਿੰਨੀ ਕਿਸੇ ਕੋਲ ਵੋਕੈਬਲਰੀ ਜ਼ਿਆਦਾ ਹੋਵੇਗੀ ਓਨਾ ਹੀ ਉਹਨੂੰ ਗੁੱਸਾ ਜਲਦੀ ਨਹੀਂ ਆਵੇਗਾ, ਕਿਉਂਕਿ ਗੁੱਸਾ ਕਿਸੇ ਨੂੰ ਉਦੋਂ ਹੀ ਆਉਂਦਾ ਹੈ ਜਦੋਂ ਉਹਦੇ ਕੋਲ ਸ਼ਬਦ ਘੱਟ ਜਾਂਦੇ। ਆਹ ਧਿਆਨ ਰੱਖਿਓ ਜੀ, ਜੇ ਬੱਚੇ ਕਿਤੇ ਪੇਰੈਂਟ ਨਾਲ ਮਿਸਬਿਹੇਵ ਵੀ ਕਰਦੇ ਹੈ ਤੇ ਅਸਲ ਵਿੱਚ ਮਿਸਬਿਹੇਵ ਕਰਨਾ ਉਹਨਾਂ ਦੀ ਇੰਟੈਂਸ਼ਨ ਨਹੀਂ ਹੁੰਦੀ, ਉਹਨਾਂ ਦੀ ਮਜਬੂਰੀ ਹੁੰਦੀ ਹੈ, ਕਿਉਂਕਿ ਪੇਰੈਂਟਸ ਦੇ ਕੋਲ ਇੰਨੇ ਸ਼ਬਦ, ਇੰਨਾ ਗਿਆਨ, ਇੰਨਾ ਤਜ਼ਰਬਾ, ਉਹਨਾਂ ਨੇ ਅਜੇ ਉਹ ਗਿਆਨ, ਉਹ ਤਜ਼ਰਬਾ ਲੈਣਾ ਹੁੰਦਾ ਹੈ। ਤੇ ਇੱਕ ਗੱਲ ਧਿਆਨ ਰੱਖਿਓ ਜੇ, ਕਹਿੰਦੇ ਨੇ ਜਿੱਥੇ ਸੋਚ ਮੁੱਕ ਜਾਂਦੀ ਹੈ ਉੱਥੋਂ ਹੀ ਫਿਰ ਥੱਪੜ, ਡੰਡੇ ਤੇ ਗੁੱਸਾ, ਗਾਲਾਂ ਸ਼ੁਰੂ ਹੁੰਦੀਆਂ। ਜਿੱਥੇ ਸ਼ਬਦ, ਵਿਚਾਰ, ਸੋਚ ਦਾ ਐਂਡ ਹੋ ਜਾਂਦਾ ਹੈ ਉੱਥੋਂ ਗੁੱਸਾ, ਉੱਥੋਂ ਬਾਕੀ ਦੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਨੇ, ਜਿੱਥੇ ਸ਼ਬਦ ਮੁੱਕ ਜਾਂਦਾ। ਉਹਨਾਂ ਨੇ ਜਦੋਂ ਕਿਹਾ ਕਿ ਅਬ ਮੰਦਰ ਮੇਂ ਮਤ ਆਣਾ, ਆਪ ਤੋਂ ਮਰੇਂਗੇ ਹੀ ਮਰੇਂਗੇ, ਹਮੇ ਵੀ ਮਰਵਾਓ, ਤੇ ਉਹ ਰਮੇਸ਼ ਕੁਮਾਰ ਗੁੱਸੇ ਦੇ ਵਿੱਚ ਇਹ ਕਹਿ ਕੇ ਉੱਥੋਂ ਨਿਕਲ ਗਿਆ ਮੰਦਰ ਚੋਂ, ਅਬ ਮੈਂ ਆਪਕੇ ਮੰਦਿਰ ਤੋਂ ਕਭੀ ਨਹੀਂ ਆਊਂਗਾ, ਬਟ ਇੱਕ ਦਿਨ ਆਪ ਮੇਰੇ ਗੁਰਦੁਆਰਾ ਮੇਂ ਜ਼ਰੂਰ ਆਇਆ ਕਰੇਗੀ। ਉਹ ਸਾਰੇ ਹੱਸਣ ਲੱਗ ਗਏ, ਤੇਰਾ ਗੁਰਦੁਆਰਾ ਹੈ ਕਿੱਥੇ, ਤੇਰਾ ਗੁਰਦੁਆਰਾ ਹੈ ਕਿੱਥੇ। ਗੁੱਸੇ 'ਚ ਆਏ ਨੇ ਉਹਦੇ ਘਰ ਦੇ ਅੱਗੇ, ਜਿਹੜਾ ਖਾਲੀ ਉਹਦੀ ਜਗ੍ਹਾ ਪਈ ਸੀ ਉਸ ਜਗ੍ਹਾ ਦੇ ਵਿੱਚ ਬੈਠ ਗਿਆ। ਗਰਮੀ ਲੱਗੀ, ਕਿਉਂਕਿ ਮਹਾਰਾਸ਼ਟਰ ਦੀ ਗਰਮੀ ਵੀ ਜਿਹੜੀ ਹੈ ਇਹਨਾਂ ਦਿਨਾਂ ਦੀ ਬੜੀ ਖਤਰਨਾਕ ਹੁੰਦੀ, ਬੈਠਣਾ ਮੁਸ਼ਕਲ ਹੁੰਦਾ। ਜਦ ਗਰਮੀ ਲੱਗੀ ਤਾਂ ਉਸਨੇ ਚਾਰ ਲੱਕੜੀਆਂ ਗੱਡੀਆਂ ਤੇ ਉੱਪਰ ਉਹਨਾਂ ਦੇ ਇੱਕ ਤੱਪੜ ਪਾ ਕੇ, ਪੱਲੀ ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਹਾਂ, ਉਹ ਪਾ ਕੇ ਇੱਕ ਟੈਂਟ ਜਿਹਾ ਬਣਾ ਲਿਆ ਛੋਟਾ ਜਿਹਾ, ਉਹਦੇ 'ਚ ਬੈਠਾ।
ਹੁਣ ਮਨ ਲੱਗੇ ਨਾ ਇਕੱਲੇ ਦਾ। ਤੇ ਉਸਨੇ ਕੀ ਕੀਤਾ ਕਿ ਫਿਰ ਅਗਲੇ ਦਿਨ ਗਿਆ ਤੇ ਥੋੜੀਆਂ ਬਹੁਤੀਆਂ ਫੁੱਲੀਆਂ ਦਾ ਪ੍ਰਸ਼ਾਦ ਲੈ ਆਇਆ। ਉੱਥੇ ਹੀ ਉਸਨੇ ਇੱਕ ਜਿਹੜਾ ਹੈਗਾ ਸੀਗਾ ਆਪਣਾ ਕੇਸਰੀ ਏਦਾਂ ਦਾ ਪਟਕਾ ਇੱਕ ਡੰਡੇ ਤੇ ਬੰਨ ਕੇ ਉਹਦਾ ਹੀ ਨਿਸ਼ਾਨ ਸਾਹਿਬ ਬਣਾ ਲਿਆ, ਜਿਸ ਤਰ੍ਹਾਂ ਉਹ ਦੱਸਦੇ ਮੇਰੇ ਬੜੇ ਪਿਆਰੇ ਮਿੱਤਰ ਨਿਸ਼ਾਨ ਸਾਹਿਬ ਬਣਾ ਕੇ ਵੀ ਗੱਡ ਲਿਆ ਉਦੋਂ ਹੀ ਬਿਨਾਂ ਕਿਸੇ ਚੀਜ਼ ਤੋਂ ਆਪਣੇ ਘਰ ਦੀਆਂ ਚੀਜ਼ਾਂ 'ਚ ਕੁਛ ਪੈਸੇ ਖਰਚ ਕੇ ਉਸਨੇ ਫੁੱਲੀਆਂ ਦਾ ਪ੍ਰਸ਼ਾਦ ਲਿਆ ਕੇ ਰੱਖ ਲਿਆ। ਇੱਕ ਜੋ ਨਿਤਨੇਮ ਦਾ ਗੁਟਕਾ ਸਾਹਿਬ ਲੈ ਕੇ ਆਇਆ ਸੀ ਉਸੇ ਤੋਂ ਉਸਨੇ ਪਾਠ ਕਰ ਲੈਣਾ, ਸਵੇਰ ਸ਼ਾਮ ਤੇ ਉੱਥੇ ਬੈਠ ਕੇ ਸਮਾਂ ਕੱਢਦੇ ਰਹਿਣਾ। ਧੀਰੇ ਧੀਰੇ ਇਲਾਕੇ ਦੇ ਜਿਹੜੇ ਸੀ ਥੋੜੇ ਬਹੁਤੇ ਬੱਚਿਆਂ ਨੂੰ ਬੁਲਾਉਣ ਲੱਗ ਗਿਆ, ਉਹਨਾਂ ਨੂੰ ਫੁੱਲੀਆਂ ਦਾ ਪ੍ਰਸ਼ਾਦ ਦੇਣ ਲੱਗ ਗਿਆ। ਬਸ ਕਹਾਣੀ ਸ਼ੁਰੂ ਹੋ ਗਈ। ਅਗਲੀ ਵਾਰ ਗਿਆ ਹਜ਼ੂਰ ਸਾਹਿਬ ਤੇ ਉੱਥੋਂ ਕੁਝ ਹਿੰਦੀ ਦੇ ਵਿੱਚ ਨਿਤਨੇਮ ਦੇ ਗੁਟਕੇ ਤੇ ਕੁਝ ਪੰਜਾਬੀ ਸਿਖਾਉਣ ਵਾਲੇ ਕਹਿ ਦਿੰਦੇ ਆ। ਜਿਹੜੇ ਬੱਚੇ ਆਉਣ ਲੱਗ ਗਏ ਸੀ ਉਹਦੇ ਕੋਲ, ਉਹਨਾਂ ਬੱਚਿਆਂ ਨੂੰ ਉਸਨੇ ਪੰਜਾਬੀ ਤੇ ਗੁਰਬਾਣੀ ਸਿਖਾਉਣੀ ਸ਼ੁਰੂ ਕਰ ਦਿੱਤੀ। ਬਸ ਕਹਾਣੀ ਸ਼ੁਰੂ ਹੋ ਗਈ, ਕੰਮ ਸ਼ੁਰੂ ਹੋਇਆ, ਪੈਸਿਆਂ ਦੀ ਜ਼ਰੂਰਤ ਸੀ, ਹੁਣ ਅੱਗੇ ਕੰਮ ਚਲਾਉਣਾ ਸੀ, ਜਗ੍ਹਾ ਹੈਗੀ ਸੀ, ਪਰ ਹੁਣ ਚੱਲ ਪਿਆ ਸੀ ਕੰਮ। ਇੱਕ ਗੱਲ ਮੈਂ ਹੋਰ ਕਹਿ ਦੇਵਾਂ, ਜਦੋਂ ਤੱਕ ਤੁਸੀਂ ਕੁਝ ਸੋਚਦੇ ਰਹਿੰਦੇ ਹੋ ਉਦੋਂ ਤੱਕ ਕੱਖ ਨਹੀਂ ਹੁੰਦਾ। ਸੋਚਦੇ ਰਹਿਣ ਨਾਲ ਕੁਛ ਨਹੀਂ ਹੁੰਦਾ, ਖਿਆਲੀ ਜਿਹਨੂੰ ਕਹਿੰਦੇ ਆ ਨਾ, ਖਿਆਲੀ ਬੜੇ ਪਕਾਉਣੇ। ਪਰ ਜਿਉਂ ਹੀ ਤੁਸੀਂ ਕਿਸੇ ਕੰਮ ਨੂੰ ਸਟਾਰਟ ਕਰ ਦਿੰਦੇ ਹੋ ਤੇ ਸਟਾਰਟ ਕਰਦਿਆਂ ਹੀ ਤੁਹਾਡਾ ਕੰਮ 50% ਤੇ ਉਦੋਂ ਹੀ ਹੋ ਜਾਂਦਾ ਜਦ ਤੁਸੀਂ ਫਸਟ ਸਟੈਪ ਪੁੱਟ ਲੈਂਦੇ। ਆਹ ਵੀ ਧਿਆਨ ਰੱਖੇ, ਜਦੋਂ ਤੁਸੀਂ ਕਿਸੇ ਕੰਮ ਲਈ ਫਸਟ ਸਟੈਪ ਪੁੱਟ ਲਿਆ ਤੇ ਤੁਹਾਡਾ 50% ਕੰਮ ਉਦੋਂ ਹੀ ਹੋ ਗਿਆ, ਬਸ ਅਗਲਾ 50% ਆਪੇ ਹੀ ਹੋ ਜਾਂਦਾ। ਫਿਰ ਕੀ ਕੀਤਾ, ਹੁਣ ਅੱਗੇ ਕੰਮ ਚੱਲਣਾ ਸੀ ਤੇ ਉਸਨੇ ਆਪਣੇ ਟਿਊਬਵੈੱਲ ਦਾ ਪਾਣੀ ਵੇਚਣਾ ਸ਼ੁਰੂ ਕਰ ਦਿੱਤਾ। ਲੋੜ ਵਾਲੇ ਆਓ, ਟਿਊਬਵੈੱਲ ਦਾ ਪਾਣੀ ਲੈ ਜਾਓ, ਸਾਨੂੰ ਪੈਸੇ ਦੇ ਜਾਓ ਤੇ ਅਸੀਂ ਉਹਨਾਂ ਪੈਸਿਆਂ ਨਾਲ ਸੇਵਾ ਕਰ ਲਈਏ। ਇਸ ਤਰ੍ਹਾਂ ਉਹਨਾਂ ਨੇ ਅੱਜ ਦੀ ਤਰੀਕ ਵਿੱਚ ਗੁਰੂ ਘਰ ਤੇ ਬਣਿਆ ਹੈ। ਅੱਜ ਦੀ ਤਰੀਕ ਵਿੱਚ ਮੈਂ ਜਿੰਨੇ ਗੁਰੂ ਘਰ ਇੰਡੀਆ 'ਚ ਦੇਖਦਾ ਹੈ, ਇਹ ਮੈਂ ਪ੍ਰਾਊਡਲੀ ਕਹਿ ਸਕਦਾ ਹੈ, ਉਹਨਾਂ ਦਾ ਗੁਰੂ ਘਰ ਹੈ ਜਿਹੜਾ ਆਲ ਦੀ ਬੈਸਟ। ਸੰਗਤ ਐਡਾ ਹਾਲ ਹੈ, ਸਵੇਰ ਸ਼ਾਮ ਖਚਾ ਖਚ ਭਰਿਆ ਹੁੰਦਾ ਹੈ, ਜਿਸ ਤਰ੍ਹਾਂ ਇੱਥੇ ਸੰਡੇ ਨੂੰ ਹੀ ਭਰਦਾ ਹੈ, ਉਹਨਾਂ ਦੇ ਹਰ ਰੋਜ਼ ਭਰਿਆ ਹੁੰਦਾ। ਜਿਸ ਤਰ੍ਹਾਂ ਦਾ ਇਹ ਕੈਂਪ ਆਪਣੇ ਕੋਲ 200-250 ਬੱਚੇ ਦਾ ਸਾਲ ਬਾਅਦ ਲੱਗਦਾ ਹੈ, ਇਸ ਤਰ੍ਹਾਂ ਦਾ ਕੈਂਪ ਉਹਨਾਂ ਦੇ ਨਿਰੰਤਰ ਹੀ ਚੱਲਦਾ ਰਹਿੰਦਾ ਹੈ। ਨਿਰੰਤਰ ਹੀ ਇੰਨੇ ਬੱਚੇ ਉਹਨਾਂ ਦੇ ਗੁਰੂ ਘਰ 'ਚ ਆਉਂਦੇ। ਉਹਨਾਂ ਦੇ ਬੱਚੇ ਆ ਜਿਹੜੇ 4 ਸਾਲ ਦਾ ਬੱਚਾ ਹੈ ਜਿਹੜਾ, ਉਹ ਵੀ ਆਸਾ ਦੀ ਵਾਰ ਹੈ ਜਿਹੜੀ ਉਹ ਕੀਰਤਨ ਕਰਨ ਦੇ ਉਹਨਾਂ ਨੇ ਕਾਬਲ ਬਣਾਇਆ। 4-5 ਸਾਲ ਦੇ ਬੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਮੁੱਖ ਵਾਕ ਆ ਜਾਣਾ ਹੈ, ਉਹ ਮੁੱਖ ਵਾਕ ਇਹ ਨਹੀਂ ਇੱਕ ਵਾਰ ਪੜ੍ਹ ਲਿਆ ਤੇ ਗਿਆ ਤੇ ਭੁੱਲ ਗਿਆ, ਨਾ ਏਦਾਂ ਨਹੀਂ ਹੁੰਦਾ। ਪਹਿਲਾਂ ਉਸੇ ਮੁੱਖ ਵਾਕ ਨੂੰ ਸਕਰੀਨ ਤੇ ਦਿਖਾ ਕੇ ਸਾਰੀ ਸੰਗਤ ਨੇ ਪੜ੍ਹਨਾ ਹੈ। ਅਗਲੇ ਦਿਨ ਕੀ ਹੈ, ਉਸ ਮੁੱਖ ਵਾਕ ਨੂੰ ਸੰਗਤ ਦੇ ਵਿੱਚੋਂ ਜ਼ਬਾਨੀ ਸੁਣਨਾ ਹੈ ਕਿ ਕੱਲ੍ਹ ਵਾਲਾ ਮੁੱਖ ਵਾਕ ਕਿਹੜਾ ਸੀ ਅੱਜ ਵਾਲਾ ਆਉਣ ਤੋਂ ਪਹਿਲਾਂ।
ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਕਸੀਮਮ ਤੋਂ ਮੈਕਸੀਮਮ ਬਾਣੀ ਉਹਨਾਂ ਨੂੰ ਬਾਈ ਹਾਰਟ ਲਰਨ ਹੈ, ਬਾਈ ਹਾਰਟ ਲਰਨ। ਜਦੋਂ ਉੱਥੇ ਚੜ੍ਹਦੀ ਕਲਾ ਵੇਖੀ ਤੇ ਫਿਰ ਰਮੇਸ਼ ਸਿੰਘ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਭਾਣਜੇ ਰਾਜਕੁਮਾਰ ਨੇ ਵੀ ਅੰਮ੍ਰਿਤ ਛਕ ਲਿਆ। ਰਾਜਕੁਮਾਰ ਸੀ ਜਿਹੜੇ, ਉਹ ਮਾਲੇਗਾਓਂ ਦੇ ਕੋਲ, ਮੈਨੂੰ ਨਾਮ ਭੁੱਲ ਗਿਆ, ਥੋੜਾ ਯਾਦ ਹੁਣ ਅਜੇ ਨਹੀਂ ਆ ਰਿਹਾ, ਉਸ ਜਗ੍ਹਾ ਤੇ ਉਹਨਾਂ ਦਾ ਜਿਹੜਾ ਉਹ ਜਗ੍ਹਾ, ਤੇ ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ। ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਉਹ ਆਪਣੇ ਉਹਨਾਂ ਦੀ ਦੁਕਾਨ ਤੇ ਲੋਕਾਂ ਜਾਣਾ ਛੱਡ ਦਿੱਤਾ ਕਿ ਜੀ ਇਹ ਤੋਂ ਅਬ ਉਗਰਵਾਦੀ ਬਣ ਗਏ ਆ, ਕਿਉਂਕਿ ਲੋਕਾਂ ਦੀ ਪਰਸੈਪਸ਼ਨ, ਦੁਕਾਨ ਤੇ ਜਾਣਾ ਛੱਡ ਦਿੱਤਾ। ਤੇ ਉਹ ਗਿਆਨੀ ਰਮੇਸ਼ ਸਿੰਘ ਜੀ ਨੂੰ ਕਹਿਣ ਲੱਗੇ, ਜਿਹੜੇ ਰਾਜ ਸਿੰਘ ਬਣ ਚੁੱਕੇ ਸੀ ਰਾਜਕੁਮਾਰ ਤੋਂ, ਕਹਿਣ ਲੱਗੇ ਮਾਮਾ ਜੀ ਮੁਸੀਬਤ ਖੜੀ ਹੋ ਗਈ, ਅੰਮ੍ਰਿਤ ਛਕਦਿਆਂ ਹੀ ਮੇਰੀ ਦੁਕਾਨ ਤੇ ਕਸਟਮਰ ਆਣੇ ਬੰਦ ਹੋ ਗਏ ਜਦੋਂ ਮੈਨੂੰ ਉਹਨਾਂ ਸਿੱਖੀ ਸਰੂਪ ਚ ਦੇਖਿਆ। ਰਮੇਸ਼ ਸਿੰਘ ਜੀ ਨੇ ਕਿਹਾ ਅੰਮ੍ਰਿਤ ਨਹੀਂ ਛੱਡਣਾ, ਹੁਣ ਆਪਾਂ ਦੁਕਾਨ ਹੀ ਇਸ ਤਰ੍ਹਾਂ ਚਲਾਉਣੀ ਹੈ ਕਿ ਲੋਕ ਤੇਰੀ ਦੁਕਾਨ ਤੇ ਆਉਣ ਲਈ ਮਜਬੂਰ ਹੋ ਜਾਣ, ਕਿ ਇਹੋ ਜਿਹਾ ਰੇਟ ਸਾਨੂੰ ਹੋਰ ਕਿਤੇ ਆਸ ਪਾਸ ਨਹੀਂ ਮਿਲਦਾ। ਡਾਇਰੈਕਟ ਫੈਕਟਰੀਆਂ ਦੇ ਵਿੱਚੋਂ ਭੱਜ ਨੱਠ ਕੇ ਜਾ ਕੇ ਵਧੀਆ ਮਾਲ ਲਿਆ ਤੇ ਬਾਜ਼ਾਰ ਦੇ ਰੇਟਾਂ ਤੋਂ ਵੀ ਸਸਤਾ ਰੱਖ ਕੇ ਵੇਚਿਆ। ਰਿਜ਼ਲਟ ਇਹ ਹੋਇਆ ਕਿ ਉਸ ਜਗ੍ਹਾ ਤੇ ਅੱਜ ਦੀ ਤਰੀਕ ਦੇ ਵਿੱਚ ਏਡਾ ਹੀ ਵੱਡਾ ਹੇਠਾਂ ਗੁਰੂ ਘਰ ਉਹਨਾਂ ਬਣਾਇਆ, ਉੱਪਰ ਰਿਹਾਇਸ਼ ਰੱਖੀ, ਤੇ ਉਹਨਾਂ ਦੇ ਜਿਹੜੇ ਆ ਇਕੱਲੇ ਬੰਦੇ ਦੇ ਕੋਲ ਹੀ ਪਤਾ ਹੀ ਨਹੀਂ ਕਿ ਸਤਿਗੁਰੂ ਦੀਆਂ ਕਿੰਨੀਆਂ ਕੁ ਕਿਰਪਾ, ਔਰ ਇਕੱਲਾ ਬੰਦਾ ਹੀ ਜਿਹੜਾ ਵਾ ਉਹ ਪੂਰੇ ਸ਼ਹਿਰ ਨੂੰ ਲੰਗਰ ਛਕਾਈ ਜਾ ਰਿਹਾ। ਮਤਲਬ ਜਦੋਂ ਸਿੱਖੀ ਦਾ ਪ੍ਰਚਾਰ ਜਿੱਥੇ ਹੋਇਆ ਉੱਥੇ ਬਾਗ ਹਰੇ ਹੋ ਗਏ, ਜਿਸ ਜਗ੍ਹਾ ਤੇ ਪ੍ਰਚਾਰ ਦੇ ਵਿੱਚ ਕਮੀ ਆਈ ਉੱਥੇ ਗੱਲ ਥੱਲੇ ਚਲੇ ਗਈ। ਇਸੇ ਲਈ ਮੈਂ ਇਹ ਕਹਿ ਰਿਹਾ ਸੀਗਾ ਕਿ ਸਿੱਖ ਇਤਿਹਾਸ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ। ਜਿਨ੍ਹਾਂ ਨੇ ਆਪਣੇ ਇਤਿਹਾਸ ਨੂੰ, ਗੁਰਬਾਣੀ ਨੂੰ ਯਾਦ ਰੱਖਿਆ ਹੈ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੈ। ਤੇ ਅਸੀਂ ਸਿੱਖ ਇਤਿਹਾਸ ਦੇ ਵਿੱਚੋਂ ਜੋ ਵਿਚਾਰਾਂ ਦੀ ਸਾਂਝ ਪਾ ਰਹੇ ਸੀ, ਹੁਣ ਮੈਂ ਉਸ ਲੜੀ ਤੇ ਚੱਲਣ ਲੱਗਾ ਹੈ। ਉਹਦੇ ਵਿੱਚ ਅਸੀਂ ਵਿਚਾਰਾਂ ਦੀ ਸਾਂਝ ਪਾਈ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਹੈ। ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦਿਆਂ ਹੀ ਸਤਿਗੁਰੂ ਜੀ ਦੇ ਕੋਲ ਇੱਥੇ ਹਾਥੀ ਝੂਮ ਰਹੇ ਨੇ। ਜਿਸ ਤਰ੍ਹਾਂ ਅਸੀਂ ਦੱਸਿਆ ਸੀ ਕਿ ਪ੍ਰਸਾਦੀ ਹਾਥੀ ਦੀ ਗੱਲ ਅਸੀਂ ਕੀਤੀ ਸੀ ਪਰਸੋਂ ਦੇ ਦੀਵਾਨ ਚ, ਹਾਥੀ ਝੂਮ ਰਹੇ, ਸਿਰ ਤੇ ਚਵਰ ਹੋ ਰਹੇ ਨੇ, ਚਾਰ ਸਾਹਿਬਜ਼ਾਦੇ ਕੋਲ ਹੈ, ਸਿੰਘ ਨੇ ਜਿਹੜੇ ਉਹ ਇਸ ਜਗ੍ਹਾ ਤੇ ਗੱਤਕੇ ਦੇ ਜ਼ੋਰ ਵਿਖਾ ਰਹੇ, ਨਾਲ ਦੀ ਨਾਲ ਵਿਦਵਾਨ ਨੇ ਜਿਹੜੇ ਵਿਦਵਾਨ ਉੱਥੇ ਬੈਠ ਕੇ ਗੁਰਮਤ ਵਿਚਾਰਾਂ, ਗੁਰਬਾਣੀ ਤੇ ਇਤਿਹਾਸ ਦੀ ਸਿਰਜਣਾ ਕਰ ਰਹੇ, ਸਾਰਾ ਇਹ ਚੱਲ ਰਿਹਾ। ਤੇ ਗੁਰੂ ਕੇ ਪਿਆਰਿਓ, ਮੈਂ ਇੱਕ ਹੋਰ ਵੀ ਗੱਲ ਦੱਸ ਦੇਵਾਂ, ਦੁਨੀਆ ਬਦਲਤੀ ਹੈ ਜ਼ਮਾਨੇ ਕੇ ਸਾਥ ਸਾਥ, ਮਰਦ ਵੋ ਹੋਤੇ ਹੈ ਜੋ ਜ਼ਮਾਨੇ ਕੋ ਬਦਲ ਦੇਤੇ।
ਦੁਨੀਆਂ ਤੇ ਬਦਲਦੀ ਹੈ, ਪਰ ਇਹ ਕਲਗੀਧਰ ਪਾਤਸ਼ਾਹ ਜੀ ਨੇ ਜਿਹੜੇ ਦੁਨੀਆਂ ਨੂੰ ਬਦਲਣ ਲਈ ਆਏ ਆ, ਔਰ ਸਤਿਗੁਰਾਂ ਨੇ ਉਸੇ ਦੁਨੀਆਂ ਨੂੰ ਬਦਲਣ ਦੇ ਵਾਸਤੇ ਹੁਣ ਜਿਹੜਾ ਉਹ ਕਮਰ ਕੱਸਾ ਕਰ ਲਿਆ। ਇਹ ਕਮਰ ਕੱਸਾ ਕਰਨ ਤੋਂ ਬਾਅਦ ਮੈਂ ਕਈ ਵਾਰ ਸੋਚਦਾ, ਜਰਾ ਸੋਚਿਓ ਕਿਸ ਤਰ੍ਹਾਂ ਦੀ ਸ਼ਖਸੀਅਤ ਹੋਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਸ ਤਰ੍ਹਾਂ ਦੀ ਸ਼ਖਸੀਅਤ ਇਹ ਦਰਵੇਸ਼ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ। ਇੱਕ ਪਾਸੇ ਇਹ ਬਾਣੀ ਲਿਖ ਰਹੇ, ਮੈਂ ਇੱਥੇ ਇੱਕ ਹਿੰਦੂ ਵਿਦਵਾਨ ਨੂੰ ਕੋਟ ਕਰਨਾ ਚਾਹਾਂਗਾ, ਉਹਦਾ ਨਾਮ ਲਾਲਾ ਦੌਲਤ ਰਾਏ। ਲਾਲਾ ਦੌਲਤ ਰਾਏ ਨੇ ਇੱਕ ਕਿਤਾਬ ਲਿਖੀ ਹੈ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਉਸ ਕਿਤਾਬ ਦਾ ਨਾਮ। ਉਹਦੇ ਵਿੱਚ ਉਹ ਲਿਖਦਾ ਹੈ, ਮੇਰੇ ਅੰਦਰ ਵਿਚਾਰ ਆਇਆ ਕਿ ਮੈਂ ਉਸ ਮਹਾਂਪੁਰਸ਼ ਦੀ ਜੀਵਨੀ ਲਿਖਣੀ ਹੈ ਜਿਹੜਾ ਸਰਬ ਕਲਾ ਸਮਰੱਥ ਹੋਵੇ, ਜਿਹਦੀ ਜੀਵਨੀ ਦੇ ਵਿੱਚ ਸਾਰੇ ਪੱਖ ਸੰਪੂਰਨ ਹੋਣ, ਉਸ ਮਹਾਂਪੁਰਖ ਦੀ ਜੀਵਨੀ ਲਿਖਣੀ। ਕਹਿੰਦਾ ਫਿਰ ਮੈਂ ਪਹਿਲਾਂ ਆਪਣੇ ਆਸ ਪਾਸ ਤੋਂ ਦੇਖਿਆ, ਮੈਂ ਸੋਚਿਆ ਕਿ ਲੜਾਈ ਜੋ ਹੁੰਦੀ ਹੈ, ਲੜਾਈ ਦੇ ਪਿੱਛੇ ਲਗਭਗ ਤਿੰਨ ਹੀ ਕਾਰਨ ਹੁੰਦੇ ਆ, ਚੌਥਾ ਕੋਈ ਨਹੀਂ ਹੁੰਦਾ। ਤਿੰਨ ਕਾਰਨ ਹੁੰਦੇ ਆ, ਜਰ, ਜੋਰੂ ਤੇ ਜਮੀ, ਹੋਰ ਕੋਈ ਕਾਰਨ ਨਹੀਂ। ਇਹ ਤਿੰਨੇ ਹੀ ਕਾਰਨ ਸਧਾਰਨ, ਪੈਸੇ ਲਈ ਕੋਈ ਵੀ ਕਿਤੇ ਲੜ ਸਕਦਾ। ਜਨਾਨੀ ਤੋਂ ਲੜਾਈਆਂ ਬਹੁਤ ਆਮ ਹੀ ਹੁੰਦੀਆਂ ਰਹਿੰਦੀਆਂ, ਜ਼ਮੀਨ ਦੀ ਖਾਤਰ ਲੜਾਈਆਂ ਦੇਸ਼ਾਂ ਦੀਆਂ ਵੀ ਚੱਲਦੀਆਂ ਰਹਿੰਦੀਆਂ, ਜ਼ਮੀਨ ਦੀਆਂ ਲੜਾਈਆਂ। ਇਹ ਤਿੰਨ ਲੜਾਈਆਂ ਮੇਨ ਵੱਡੀਆਂ। ਕਹਿੰਦੇ ਪਹਿਲਾਂ ਮੈਂ ਆਸ ਪਾਸ ਦੇਖਿਆ ਹੈ, ਮੇਰੀ ਨਜ਼ਰ ਗਈ ਹੈ ਸ਼੍ਰੀ ਰਾਮ ਚੰਦਰ ਜੀ ਤੇ, ਕਿ ਸ਼੍ਰੀ ਰਾਮ ਚੰਦਰ ਜੀ ਦੀ ਜੀਵਨੀ ਲਿਖਦੇ, ਜੀਵਨੀ ਲਿਖਾਂ ਸ਼੍ਰੀ ਰਾਮ ਚੰਦਰ ਜੀ ਦੀ ਨਜ਼ਰ ਗਈ। ਪਰ ਕਹਿੰਦੇ ਜਦੋਂ ਮੈਂ ਦੇਖਿਆ ਕਿ ਸ਼੍ਰੀ ਰਾਮ ਚੰਦਰ ਜੀ ਦਾ ਰਾਵਣ ਦੇ ਨਾਲ ਹੋਰ ਤੇ ਕੋਈ ਵਿਰੋਧ ਹੈ ਹੀ ਨਹੀਂ ਸੀ, ਜੇ ਕਿਤੇ ਸ਼੍ਰੀ ਰਾਮ ਚੰਦਰ ਜੀ ਦੀ ਪਤਨੀ ਸੀਤਾ ਨੂੰ ਰਾਵਣ ਨਾ ਚੁੱਕਦਾ ਤੇ ਰਾਵਣ ਤੇ ਦਾ ਉਹ ਸਤਿਕਾਰ ਕਰਦੇ ਸਨ। ਸਤਿਕਾਰ ਇਸ ਕਰਕੇ, ਚਾਰ ਵੇਦਾਂ ਦਾ ਗਿਆਤਾ ਸੀ ਰਾਵਣ, ਬਹੁਤ ਵੱਡਾ ਭਗਤ ਸੀਗਾ ਸ਼ਿਵ ਜੀ ਦਾ, ਇਹ ਤੇ ਸਤਿਕਾਰਯੋਗ ਹਸਤੀ ਸੀ, ਕੋਈ ਵੈਰ ਥੋੜਾ ਸੀ। ਵੈਰ ਤੇ ਉਦੋਂ ਸ਼ੁਰੂ ਹੋਇਆ ਜਦੋਂ ਲਕਸ਼ਮਣ ਨੇ ਉਸਦੇ ਜਿਹੜਾ ਭੈਣ ਦਾ ਨੱਕ ਵੱਢਿਆ ਤੇ ਉਸ ਤੋਂ ਬਾਅਦ ਉਹ ਸੀਤਾ ਨੂੰ ਲੈ ਗਿਆ। ਲੜਾਈ ਦੇ ਪਿੱਛੇ ਕਹਿੰਦਾ ਕਾਰਨ ਮਿਲਿਆ, ਲੜਾਈ ਤੇ ਬਹੁਤ ਵੱਡੀ, ਜਿਸਦਾ ਜ਼ਿਕਰ ਗੁਰਬਾਣੀ ਚ ਵੀ ਆਇਆ ਹੈ, ਸਰਪ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਣ ਮੈਂ ਭਈ ਪਰ। ਸਾਰਾ ਕੁਛ ਤਬਾਹ ਹੋਇਆ ਹੈ, ਬਸ ਕਾਰਨ ਪਿੱਛੇ ਇੱਕ ਇਸਤਰੀ ਸੀ। ਕਹਿੰਦਾ ਫਿਰ ਮੈਂ ਦੂਸਰੀ ਤਰਫ ਨਜ਼ਰ ਲਗਾਈ ਕਿ ਕ੍ਰਿਸ਼ਨ ਜੀ ਦੀ ਜ਼ਿੰਦਗੀ ਦੇਖ ਲੈਂਦੇ। ਕਹਿੰਦਾ ਕ੍ਰਿਸ਼ਨ ਜੀ ਤੇ ਵੀ ਜਦੋਂ ਮੈਂ ਵਿਚਾਰ ਕੀਤਾ, ਜੀਵਨ ਲਿਖਣ ਦੇ ਕਲਮ ਉਠਾਈ ਹੈ,
ਤੇ ਕਾਰਨ ਫੇਰ ਵੀ ਅੱਗੇ ਇਹੀ ਦੋ ਆਏ। ਪਹਿਲਾ ਕਾਰਨ, ਕੌਰਵਾਂ ਨੇ ਦਰੋਪਦੀ ਦੀ ਬੇਇੱਜ਼ਤੀ ਕੀਤੀ। ਦੂਸਰਾ ਕਾਰਨ, ਪਾਂਡਵਾਂ ਨੂੰ ਰਹਿਣ ਲਈ ਪੰਜ ਪਿੰਡ ਦੇਣ ਲਈ ਤਿਆਰ ਵੀ ਨਹੀਂ ਜਮੀਨ। ਇਹੀ ਦੋ ਕਾਰਨਾਂ ਤੋਂ ਲੜਾਈ ਹੋਈ, ਤੇ ਲੜਾਈ ਵੀ ਕੋਈ ਦੁਸ਼ਮਣਾਂ ਦੇ ਵਿੱਚ ਨਹੀਂ ਹੋਈ, ਲੜਾਈ ਵੀ ਆਪਣਿਆਂ ਦੇ ਨਾਲ ਹੀ ਹੋਈ। ਦੋਵੇਂ ਪਾਸੇ ਆਪਣੇ ਸਨ, ਕੌਰਵ ਤੇ ਪਾਂਡਵ ਕੋਈ ਦੁਸ਼ਮਣ ਥੋੜਾ ਸੀ। ਲੜਾਈ ਬਹੁਤ ਵੱਡੀ ਹੈ, ਪਰ ਪੂਰੀ ਲੜਾਈ ਦਾ ਕਾਰਨ ਸਿਰਫ ਜ਼ਮੀਨ ਤੇ ਔਰਤ ਹੈ। ਹੋਇਆ ਜੋ ਉਹਦਾ ਜ਼ਿਕਰ ਵੀ ਗੁਰਬਾਣੀ 'ਚ ਹੈ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚਲੈ ਤਾਂ ਦੇਹੀ ਗਿਰਜਨ ਖਾਈ। ਹੋਇਆ ਤੇ ਬਹੁਤ ਕੁਛ, ਬਹੁਤ ਕੁਛ। ਲਾਸ਼ਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਮਿਲਿਆ, ਪਰ ਸਾਰੀ ਦਾ ਕਾਰਨ ਇਹ। ਕਹਿੰਦਾ ਦੂਸਰੇ ਪਾਸੇ ਮੈਂ ਦੇਖਦਾ ਹੈ, ਅੱਲਾ ਲਾਲਾ ਦੌਲਤ ਰਾਏ ਕਹਿੰਦਾ ਦੂਸਰੇ ਪਾਸੇ ਮੈਂ ਦੇਖਦਾ ਹੈ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜ਼ਿੰਦਗੀ 'ਚ 17 ਲੜਾਈਆਂ ਲੜੀਆਂ ਹੈ, ਪਰ ਇੱਕ ਵੀ ਲੜਾਈ ਨਾ ਧਨ ਦੌਲਤ ਲਈ ਹੈ, ਨਾ ਜ਼ਮੀਨ ਜਾਇਦਾਦ ਲਈ ਹੈ। ਕਿਸੇ ਲੜਾਈ 'ਚ ਜਿੱਤੀਆਂ ਵੀ ਹੈ, ਕਿਸੇ ਦੀ ਇੱਕ ਇੰਚ ਵੀ ਜ਼ਮੀਨ ਨਹੀਂ ਰਹੀ। ਇੱਕ ਪਾਸੇ ਮੈਂ ਦੇਖਦਾ ਹਾਂ ਦਰਵੇਸ਼ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਤਿਆਗੀ ਇਤਨੇ ਵੱਡੇ ਹੈ, ਅਨੰਦਪੁਰ ਸਾਹਿਬ ਦਾ ਕਿਲਾ ਤਿਆਗ ਦਿੱਤਾ ਹੈ, ਰਤੀ ਭਰ ਵੀ ਕਿਤੇ ਰੰਜਿਸ਼ ਨਹੀਂ ਆਈ। ਨਹੀਂ ਤੇ ਪਿਆਰਿਓ, ਤੁਸੀਂ ਸਿਆਣੇ ਹੋ, ਜਿਉਂ ਪਿਓ ਦਾਦੇ ਦੀ ਜ਼ਮੀਨ ਹੈ, ਪਿਓ ਦਾਦੇ ਦੇ ਰਹਿਣ ਵਾਲੀ ਜਗ੍ਹਾ ਹੈ, ਬੜੀ ਔਖੀ ਹੈ ਛੱਡਣੀ, ਬੜੀ ਔਖੀ ਹੈ। ਇਹ ਬ੍ਰੈਂਪਟਨ ਦੇ ਵਿੱਚ ਹੀ ਥੋੜੇ ਜਿਹੇ ਦਿਨ ਪਹਿਲਾਂ ਇੱਕ ਬਜ਼ੁਰਗ ਦੀ ਡੈਥ ਹੋਈ ਸੀ, ਥੋੜੇ ਦਿਨ ਪਹਿਲਾਂ। ਮੈਂ ਉਹ ਪੁੱਛਿਆ ਡੈਥ ਦਾ ਕਾਰਨ ਕੀ ਬਣਿਆ ਉਹਨਾਂ ਦੇ ਪਰਿਵਾਰ ਨੂੰ, ਤੇ ਪਰਿਵਾਰ ਦੱਸ ਰਿਹਾ ਸੀ ਕਿ ਬਸ ਕੱਲ੍ਹ ਹੀ ਅਜੇ ਇਹ ਜਿਹੜੇ ਸੀਗੇ ਇੰਡੀਆ ਤੋਂ ਜ਼ਮੀਨ ਵੇਚ ਕੇ ਆਏ ਆ, ਉਸੇ ਦਾ ਹੀ ਦੁੱਖ ਬਰਦਾਸ਼ਤ ਨਹੀਂ ਕਰ ਪਾਏ ਕਿ ਪਿਓ ਦਾਦੇ ਦੀ ਜ਼ਮੀਨ ਅੱਜ ਮੇਰੇ ਕੋਲੋਂ ਚਲੇ ਗਈ, ਇਸੇ ਕਰਕੇ ਉਹ ਬਜ਼ੁਰਗ ਦੀ ਡੈਥ ਹੋ। ਬੜਾ ਔਖਾ ਹੈ, ਪਰ ਦਰਵੇਸ਼ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਤਨੇ ਵੱਡੇ ਤਿਆਗੀ ਹੈ, ਅੱਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲੱਗੇ ਹੈ। ਪਤਾ ਹੈ ਦੁਬਾਰਾ ਜ਼ਿੰਦਗੀ ਦੇ ਵਿੱਚ ਫੇਰ ਕਦੇ ਇਸ ਅਨੰਦਪੁਰ ਸਾਹਿਬ ਦੇ ਦਰਸ਼ਨ ਨਹੀਂ ਹੋਣੇ, ਪਰ ਕੋਈ ਰਤੀ ਭਰ ਵੀ ਮਨ ਦੇ ਵਿੱਚ ਜਿਹੜਾ ਉਹ ਦੁੱਖ ਨਹੀਂ ਹੈ। ਰੱਬ ਦਾ ਭਾਣਾ ਮੰਨਣ ਵਾਲੇ, ਰੱਬ ਦਾ ਭਾਣਾ ਮੰਨਣ, ਇਹ ਕਿਲਾ ਵੀ ਛੱਡਣ ਦੇ ਪਿੱਛੇ ਦੀ ਕਹਾਣੀ ਐਸੀ ਹੈ। ਕਲਗੀਧਰ ਪਾਤਸ਼ਾਹ ਚੰਗੀ ਤਰ੍ਹਾਂ ਜਾਣਦੇ ਹੈ ਇਹ ਲੋਕ ਹੈ ਜਿਹੜੇ ਇਹ ਵਾਅਦਾ ਫਰਮੋਸ਼ ਨੇ, ਇਹਨਾਂ ਦੇ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ, ਨਹੀਂ ਯਕੀਨ ਕੀਤਾ ਜਾ ਸਕਦਾ। ਫਿਰ ਵੀ ਉਹ ਕੁਰਾਨ ਦੀਆਂ ਕਸਮਾਂ ਖਾਂਦੇ ਹੈ, ਗਊ ਦੀਆਂ ਕਸਮਾਂ ਖਾਂਦੇ ਹੈ,
ਕਿ ਜੇ ਕਿਤੇ ਜਿਹੜਾ ਤੁਸੀਂ ਕਿਲ੍ਹਾ ਛੱਡ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਮੈਂ ਇੱਥੇ ਇੱਕ ਨਾਮ ਕੋਟ ਕਰਨਾ ਚਾਹਾਂਗਾ, ਚੰਗੇ ਬੰਦੇ ਹਰ ਧਰਮ 'ਚ ਹੁੰਦੇ ਤੇ ਮਾੜੇ ਬੰਦੇ ਵੀ ਹਰ ਧਰਮ 'ਚ ਹੁੰਦੇ ਆ। ਐਸਾ ਮਤਾ ਸੋਚ ਲਿਓ ਕਿ ਸਿੱਖ ਧਰਮ 'ਚ ਸਾਰੇ ਚੰਗੇ ਹੀ ਆ ਤੇ ਦੂਜੇ ਧਰਮਾਂ 'ਚ ਮਾੜੇ ਹੀ ਆ। ਨਹੀਂ, ਹਰ ਧਰਮ ਦੇ ਵਿੱਚ ਚੰਗੇ ਵੀ ਮਿਲਣਗੇ, ਮਾੜੇ ਵੀ ਮਿਲਣਗੇ। ਮੈਂ ਗੱਲ ਕਰਨੀ ਚਾਹਾਂਗਾ, ਇੱਕ ਦਿਨ ਮੈਂ ਪਾਕਿਸਤਾਨ ਤੋਂ ਮੌਲਵੀ ਨਾਸਰ ਮਦਨੀ ਦੀ ਇੱਕ ਵੀਡੀਓ ਦੇਖ ਰਿਹਾ ਸੀ ਤੇ ਨਾਸਰ ਮਦਨੀ ਨੂੰ ਕਿਸੇ ਨੇ ਸਵਾਲ ਕੀਤਾ ਸੀ ਪਾਕਿਸਤਾਨ 'ਚ ਕਿ ਕੁਰਾਨੇ ਪਾਕ ਦਾ ਸਤਿਕਾਰ ਦਾ ਸਬੂਤ ਲੈਣਾ ਹੋਵੇ ਉਹ ਕਿੱਥੋਂ ਲਈਏ, ਕੁਰਾਨੇ ਪਾਕ ਦਾ ਸਤਿਕਾਰ ਕਰਨਾ ਸਿੱਖਣਾ ਹੋਵੇ ਉਹ ਕਿੱਥੋਂ ਸਿੱਖੀਏ। ਤੇ ਨਾਸਰ ਮਦਨੀ ਉਹ ਕਹਿ ਰਹੇ ਸੀ, ਉਹ ਵੀਡੀਓ ਪਈ ਹੋਈ ਹੈ ਯੂਟਿਊਬ ਤੇ, ਉਹਨਾਂ ਨੂੰ ਸੁਣਦੇ ਹੋ, ਉਹ ਕਹਿ ਰਹੇ ਸੀ ਕਿ ਜੈਸਾ ਕੁਰਾਨੇ ਪਾਕ ਦਾ ਸਤਿਕਾਰ ਦਰਵੇਸ਼ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ, ਐਸਾ ਸਤਿਕਾਰ ਦੁਨੀਆਂ ਤੇ ਨਾ ਕਿਸੇ ਨੇ ਕੀਤਾ ਹੈ ਨਾ ਕਰਨਾ। ਕੁਰਾਨ ਨੂੰ ਮੰਨਣ ਵਾਲੇ ਉਹਨਾਂ ਦੇ ਪਿਤਾ ਨੂੰ ਚਾਂਦਨੀ ਚੌਂਕ 'ਚ ਸ਼ਹੀਦ ਕਰ ਰਹੇ। ਕੁਰਾਨ ਦੀ ਕਸਮ ਖਵਾ ਕੇ ਉਹਨਾਂ ਦੇ ਪੜਦਾਦਾ ਨੂੰ ਲਾਹੌਰ ਦੇ ਵਿੱਚ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਹੈ ਤੇ ਅੱਜ ਕੁਰਾਨ ਹੀ ਉਹਨਾਂ ਦੇ ਅੱਗੇ ਪੇਸ਼ ਕਰਕੇ ਕਿਹਾ ਹੈ, ਇਸ ਕੁਰਾਨ ਦੀ ਕਸਮ ਤੁਸੀਂ ਆਨੰਦਪੁਰ ਸਾਹਿਬ ਛੱਡ ਜਾਓ, ਅਸੀਂ ਕੁਛ ਨਹੀਂ ਕਹਾਂ। ਤੇ ਉਹ ਕਹਿੰਦਾ ਉਹਨਾਂ ਨੂੰ ਪਤਾ ਸੀ ਇਹ ਲੋਕ ਝੂਠੇ ਹੈ, ਛੱਡਣ ਤੋਂ ਬਾਅਦ ਜੋ ਕੁਝ ਹੋਣਾ ਹੈ ਉਹਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ। ਤੇ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਨਾ ਛੱਡਦੇ ਤੇ ਸ਼ਾਇਦ ਚਮਕੌਰ ਤੇ ਸਰਹੰਦ ਵਾਲੇ ਸਾਕੇ ਨਾ ਵਾਪਰ। ਪਰ ਹੁਣ ਕੁਰਾਨ ਦੀ ਜਿਹੜੀ ਹੈ ਉਹ ਗੱਲ ਹੈ, ਔਰ ਤੁਸੀਂ ਵੀ ਸਾਰੇ ਸਿਆਣੇ ਹੋ, ਮੰਨ ਲਓ ਮੈਂ ਤੁਹਾਡੇ ਤੋਂ ਹੀ ਸਵਾਲ ਪੁੱਛ ਲਏ। ਤੁਹਾਨੂੰ ਪਤਾ ਹੈ ਇਹ ਬੰਦਿਆ ਸਰਾਸਰ ਝੂਠਾ ਹੈ, ਇਸਨੇ ਗਲਤੀ ਕੀਤੀ, ਤੁਹਾਨੂੰ ਪਤਾ ਹੈ। ਪਰ ਉਹ ਬੰਦਾ ਕਹਿੰਦਾ ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਵਾ ਲਓ, ਮੈਂ ਇਹ ਕੰਮ ਨਹੀਂ ਕੀਤਾ। ਅਗਲਾ ਇਹ ਕਹਿੰਦਾ, ਅਗਲਾ ਆ ਕੇ ਗੁਰਦੁਆਰੇ 'ਚ ਸਹੁੰ ਖਾ ਜਾਏ, ਉਦੋਂ ਬਾਅਦ ਤੁਸੀਂ ਉਹਨੂੰ ਛੱਡ ਦਿਓਗੇ ਜਾਂ ਨਹੀਂ ਜੀ, ਦੱਸਿਓ ਜੀ, ਮਾਫ ਕਰ ਦਿਓਗੇ ਜਾਂ ਨਹੀਂ ਕਰੋਗੇ, ਕੀ ਹੋਵੇਗਾ ਜੀ, ਉੱਚੀ ਬੋਲ ਲਓ। ਹਾਂਜੀ, ਕੀ ਹੋਵੇਗਾ ਦੱਸਿਓ ਜੀ, ਮਾਫ ਕਰੋਗੇ ਜਾਂ ਨਹੀਂ ਕਰ ਦੋਗੇ ਨਾ, ਕਿਉਂਕਿ ਹੁਣ ਉਹਨੇ ਆ ਕੇ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖਤਾ, ਹੁਣ ਇਦੋਂ ਅੱਗੇ ਕੀ ਰਹਿ ਗਿਆ। ਹੁਣ ਉਹਨਾਂ ਨੇ ਕੁਰਾਨ ਦੀ ਕਸਮ ਖਾ ਲਈ, ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਹੋਰ ਕਿਸੇ ਕਰਕੇ ਨਹੀਂ ਛੱਡਿਆ, ਕਿਲ੍ਹਾ ਛੱਡਿਆ ਤੇ ਕੁਰਾਨ ਕਰਕੇ ਛੱਡਿਆ। ਔਰ ਕਿਲ੍ਹਾ ਛੱਡਣ ਤੋਂ ਪਹਿਲਾਂ ਵੀ ਗੁਰੂ ਸਾਹਿਬ ਨੇ ਫੇਰ ਪਰਖਿਆ, ਜਦੋਂ ਗੁਰੂ ਸਾਹਿਬ ਨੇ ਆਪਣੇ ਘੋੜਿਆਂ ਖੱਚਰਾਂ ਤੇ ਗਾਰਬਜ ਲੱਦ ਕੇ ਭੇਜਿਆ ਤੇ ਉਹਨਾਂ ਨੇ ਗਾਰਬਜ ਨੂੰ ਵੀ ਲੁੱਟ ਲਿਆ ਤੇ ਗੁਰੂ ਸਾਹਿਬਾਂ ਨੇ ਮੁਸਕਰਾ ਕੇ ਕਿਹਾ, ਇਹ ਇਹਨਾਂ ਤੋਂ ਸਾਨੂੰ ਆਸ ਹੈ ਸਿੰਘੋ, ਤਿਆਰ ਬਰ ਤਿਆਰ ਹੋ ਕੇ ਨਿਕਲਿਓ। ਜਦੋਂ ਤੁਸੀਂ ਇਹ ਕਿਲ੍ਹਾ ਛੱਡਿਆ, ਇਹਨਾਂ ਨੇ ਇਸੇ ਤਰ੍ਹਾਂ ਦਾ ਹੀ ਜਿਹੜਾ ਉਹ ਕੰਮ ਕਰਨਾ ਹੈ,
ਇਸ ਵਾਸਤੇ ਕਿਲੇ ਚੋਂ ਤਿਆਰ ਪਰ ਤਿਆਰ ਹੋ ਕੇ ਨਿਕਲੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਰ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਟੀਵੇਸ਼ਨ ਵੀ ਦੇਖੋ ਕਿੰਨੀ ਜ਼ਬਰਦਸਤ ਹੈ। ਮੈਂ ਕਲਗੀਧਰ ਪਾਤਸ਼ਾਹ ਦੀ ਮੋਟੀਵੇਸ਼ਨ ਦੀ ਗੱਲ ਵੀ ਕਰ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਖੜਕੇ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ ਇਹ ਕਹਿੰਦੇ ਹੈ, ਮੈਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਕੋਈ ਹੈ ਐਸਾ ਸਿੱਖ ਜਿਹੜਾ ਆਪਣਾ ਸਿਰ ਮੇਰੀ ਤਲਵਾਰ ਨੂੰ ਭੇਟ ਕਰੇ। ਜਦੋਂ ਸਤਿਗੁਰਾਂ ਨੇ ਇਹ ਗੱਲ ਕਹੀ ਤਾਂ ਸਭ ਤੋਂ ਪਹਿਲੇ ਕਿਹੜਾ ਉੱਠ ਕੇ ਆਇਆ ਸਿੱਖ ਜੀ? ਕੀ ਨਾਮ ਸੀ ਉਹਦਾ? ਕੌਣ ਆਏ ਉੱਠ ਕੇ? ਹਾਂਜੀ ਭਾਈ, ਕਿਹੜੇ ਭਾਈ ਜੀ ਆਏ ਸੀ? ਮੈਂ ਨਾਮ ਭੁੱਲ ਗਿਆ। ਹਾਂਜੀ ਭਾਈ ਦਇਆ ਸਿੰਘ ਜੀ, ਭਾਈ ਦਇਆ ਸਿੰਘ ਜੀ ਆ। ਹੁਣ ਜਦੋਂ ਭਾਈ ਦਇਆ ਸਿੰਘ ਜੀ ਦਾ ਨਾਮ ਦਇਆ ਰਾਮ ਸੀ ਤੇ ਸਤਿਗੁਰੂ ਉਹਨਾਂ ਨੂੰ ਗੱਲ ਬੱਕੜੀ ਚ ਲੈ ਕੇ ਪਿਆਰ ਦੇ ਨਾਲ ਪੁੱਛਦੇ ਆ, ਦਇਆ ਰਾਮਾ ਲੋੜ ਪਈ ਤੇ ਲੜੇਗਾ? ਲੋੜ ਪਈ ਤੇ ਲੜੇਗਾ? ਤੇ ਦਇਆ ਰਾਮ ਉਸ ਵੇਲੇ ਕਹਿੰਦਾ, ਸਤਿਗੁਰੂ ਜੀ, ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਦੇ ਨਾ ਪਕੜੀ, ਚਿੜੀ ਉਡੇ ਡਰ ਸੇ ਮਰ ਜਾਊ, ਦੁਸ਼ਮਣ ਸੇ ਕੈਸੇ ਲੜ ਪਾਉ। ਇਹ ਦਇਆ ਰਾਮ ਦੇ ਬਚਨ। ਪਰ ਜਦ ਸਤਿਗੁਰਾਂ ਤੋਂ ਅੰਮ੍ਰਿਤ ਦੀ ਦਾਤ ਲੈ ਲੈਂਦੇ ਹੈ ਤੇ ਇਹੀ ਦਇਆ ਸਿੰਘ ਬਣ ਕੇ ਜੋ ਬਹਾਦਰੀ ਦੇ ਜ਼ੋਰ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਤੇ ਚਮਕੌਰ ਸਾਹਿਬ ਦੀ ਲੜਾਈ ਜਾਂ ਮੁਕਤਸਰ ਸਾਹਿਬ ਦੀ ਲੜਾਈ ਚ ਦਿਖਾਲਦੇ ਹੈ, ਉਹ ਬਾ ਕਮਾਲ ਹੈ, ਬਾ ਕਮਾਲ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਟੀਵੇਸ਼ਨ ਹੈ। ਜਿਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੋ ਜਾਂਦਾ ਹੈ, ਉਹ ਤਾਂ ਸਤਿਗੁਰੂ ਦਾ ਫਿਰ ਇੱਕ ਇੱਕ ਮੁੱਠ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਪਵੇ ਲੋੜ ਜਾਂ ਕਿਤੇ ਨਿਸ਼ਾਨਾ ਅਜਮਾਨੇ ਦੀ, ਹੱਸ ਹੱਸ ਮੂਹਰੇ ਆਵੇ ਤੇਰਾ ਖਾਲਸਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੱਥ ਹੋ ਜਾਂਦਾ ਹੈ, ਫਿਰ ਜਰਾ ਦੇਖਿਓ ਭਾਈ ਬਚਿੱਤਰ ਸਿੰਘ ਜੀ ਵਰਗੇ ਸੂਰਮੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੈਦਾ ਕੀਤੇ। ਐਸੇ ਸੂਰਮੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹੋ ਸਕਦੇ ਹੈ। ਐਸਾ ਦੁਨੀਆਂ ਤੇ ਹੋਰ ਕੋਈ ਨਹੀਂ, ਇਹ ਦਰਵੇਸ਼ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੀ ਹੋ ਸਕਦਾ ਹੈ ਜੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹੈ। ਤੇ ਹੁਣ ਪਤਾ ਹੈ ਦੁਸ਼ਮਣ ਪਿੱਛੇ ਰਹਿ ਗਿਆ, ਅਸੀਂ ਅੱਗੇ ਹਾਂ। ਹੁਣ ਜਦੋਂ ਵੀ ਹਮਲਾ ਹੋਇਆ ਉਹ ਪਿੱਛੇ ਤੋਂ ਹੋਣਾ ਹੈ, ਅੱਗੇ ਤੋਂ ਨਹੀਂ। ਤੇ ਉਸ ਵੇਲੇ ਆਪਣੇ ਦੋਨਾਂ ਹੀ ਪੁੱਤਰਾਂ ਨੂੰ ਪਿੱਛੇ ਭੇਜਦੇ ਹੈ ਕਿ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਤੁਸੀਂ ਪਿਛਲੇ ਪਾਸੇ ਤੋਂ ਜਥੇ ਦੀ ਹਫਾਜ਼ਤ ਕਰੋ ਤੇ ਜਥਾ ਅੱਗੇ ਚੱਲੇ, ਅੱਗੇ ਚੱਲੇ। ਔਰ ਮੈਂ ਇੱਥੇ ਇੱਕ ਹੋਰ ਵੀ ਚੀਜ਼ ਦੱਸ ਦੇਵਾਂ ਗੁਰੂ ਕੇ ਪਿਆਰਿਓ, ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਤਾਂ ਉਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ 5000 ਤੋਂ ਉੱਪਰ ਸਿੱਖ ਸਨ, 5000 ਤੋਂ ਉੱਪਰ। ਜਦੋਂ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ
ਤੇ ਉਸ ਵੇਲੇ ਜਿਹੜਾ ਹੈ ਸਤਿਗੁਰਾਂ ਦੇ ਕੋਲ 500 ਦੇ ਆਸ ਪਾਸ ਗੁਰਸਿੱਖ ਸੀ, ਮਤਲਬ ਕਿ 4500 ਤੋਂ ਜ਼ਿਆਦਾ ਸਿੱਖਾਂ ਦੀਆਂ ਸ਼ਹੀਦੀਆਂ ਆਨੰਦਪੁਰ ਸਾਹਿਬ ਦੀ ਲੜਾਈ ਦੇ ਵਿੱਚ ਉੱਥੇ ਹੋਈਆਂ। ਤੇ ਜਦੋਂ ਸਤਿਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਤੇ ਪਹੁੰਚਦੇ ਆ ਤੇ 500 ਤੋਂ ਜ਼ਿਆਦਾ ਸਿੱਖਾਂ ਦਾ ਜਥਾ ਸੀ, ਪਰ ਜਦੋਂ ਸਰਸਾ ਨਦੀ ਪਾਰ ਕਰਕੇ ਸਤਿਗੁਰੂ ਜੀ ਚਮਕੌਰ ਸਾਹਿਬ ਵੱਲ ਨੂੰ ਜਾਂਦੇ ਆ ਤੇ ਉਦੋਂ ਸਤਿਗੁਰਾਂ ਦੇ ਨਾਲ ਲੈਸ ਦੈਨ 50 50 ਤੋਂ ਘੱਟ ਗੁਰਸਿੱਖ ਸਨ, 50 ਤੋਂ ਜ਼ਿਆਦਾ ਨਹੀਂ ਸੀ, ਮਤਲਬ ਕਿ 450 ਦੇ ਆਸ ਪਾਸ ਗੁਰਸਿੱਖਾਂ ਨੇ ਸ਼ਹਾਦਤ ਦਾ ਇਲਜ਼ਾਮ ਸਰਸਾ ਨਦੀ ਦੇ ਕਿਨਾਰੇ ਤੇ ਪੀਤਾ ਹੈ। ਸਰਸਾ ਨਦੀ ਦੇ ਕਿਨਾਰੇ ਤੇ ਕੋਈ 1, 2, 3, 4 ਸਿੱਖ ਸ਼ਹੀਦ ਨਹੀਂ ਹੋਏ, ਬੇਅੰਤ ਸ਼ਹੀਦੀਆਂ ਉਸ ਜਗ੍ਹਾ ਤੇ ਹੋਈਆਂ ਸਰਸਾ ਨਦੀ ਦੇ ਕਿਨਾਰੇ। ਪਰ ਦੇਖੋ ਕਲਗੀਧਰ ਪਾਤਸ਼ਾਹ ਜੀ ਦਾ ਜ਼ਿਗਰਾ, ਰੱਬ ਦੇ ਨਾਲ ਪਿਆਰ ਹੋਵੇ ਤੇ ਐਸਾ ਹੋਵੇ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਸਤਿਗੁਰੂ ਜੀ ਕਹਿੰਦੇ ਆਓ ਮਿਲ ਕੇ ਆਸਾ ਦੀ ਵਾਰ ਦਾ ਕੀਰਤਨ ਕਰੀ। ਗੁਰਸਿੱਖ ਕਹਿੰਦੇ ਆ ਸਤਿਗੁਰੂ ਜੀ ਦੁਸ਼ਮਣ ਪਿੱਛੋਂ ਆ ਰਿਹਾ ਹੈ, ਇਹ ਸਮਾਂ ਸਿਮਰਨ ਦਾ ਨਹੀਂ, ਸੁਰੱਖਿਅਤ ਜਗ੍ਹਾ ਤੇ ਪਹੁੰਚਣ ਦਾ। ਤੇ ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਆ ਪਿਆਰਿਓ ਸੁਰੱਖਿਅਤ ਜਗ੍ਹਾ ਤੇ ਪਹੁੰਚ ਕੇ ਬਾਹਰਲੇ ਦੁਸ਼ਮਣ ਤੋਂ ਤਾਂ ਬਚ ਜਾਓਗੇ, ਪਰ ਜੇ ਰੱਬ ਨੂੰ ਭੁੱਲ ਗਏ ਤੇ ਤੁਹਾਨੂੰ ਤੁਹਾਡੇ ਅੰਦਰਲੇ ਦੁਸ਼ਮਣਾਂ ਨੇ ਮਾਰ ਦੇਣਾ, ਅੰਦਰਲੇ ਦੁਸ਼ਮਣ ਤੋਂ ਕਿਵੇਂ ਬਚੋਗੇ। ਬੜੇ ਪਿਆਰੇ ਬਚਨ ਹੈ ਗੁਰਬਾਣੀ ਦੇ, ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਾਤੀ ਵਾ। ਜੇ ਪਰਮਾਤਮਾ ਦੀ ਯਾਦ ਰਹੀ ਤੱਤੀ ਵਾ ਨਹੀਂ ਲੱਗੇਗੀ, ਪਰ ਜੇ ਪਰਮਾਤਮਾ ਨੂੰ ਭੁੱਲ ਗਏ ਤਾਂ ਫਿਰ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਰੱਬ ਨੂੰ ਭੁੱਲਦਿਆਂ ਹੀ ਜਿਹੜਾ ਹੈ ਉਹ ਅਸਲ ਮੌਤ ਉਦੋਂ ਹੁੰਦੀ ਹੈ, ਕਿਉਂਕਿ ਗੁਰਬਾਣੀ ਦਾ ਜੀਵਨ ਹੀ ਇਹ ਹੈ। ਗੁਰਬਾਣੀ ਕਹਿੰਦੀ ਹੈ ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਪਰਮਾਤਮਾ ਮੈਂ ਉਦੋਂ ਹੀ ਜਿਉਂਦਾ ਜਦ ਤੈਨੂੰ ਯਾਦ ਰੱਖਦਾ। ਹੁਣ ਸਿਮਰਨ ਸ਼ੁਰੂ ਹੋਇਆ ਹੈ। ਇੱਕ ਪਾਸੇ ਸਤਿਗੁਰਾਂ ਦੇ ਮਾਂ ਗੁਜਰੀ ਜੀ, ਮਾਂ ਜੀਤੋ ਜੀ ਬੈਠੇ ਹੈ, ਦੂਸਰੇ ਪਾਸੇ 4 ਸਾਹਿਬਜ਼ਾਦੇ ਬੈਠੇ ਹੈ। ਤਾਂ ਹੁਣ ਇਹ ਮੇਰੇ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਲਈ ਗੁਰਬਾਣੀ ਕਹਿੰਦੀ ਹੈ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਇਹ ਮਨ ਦੀਆਂ ਜਾਣਨ ਵਾਲੇ ਸਤਿਗੁਰੂ ਜੀ ਉਸ ਵੇਲੇ ਸੋਚ ਰਹੇ ਹੋਣਗੇ ਅੱਜ ਜਿਹੜੇ ਭਰੇ ਪੂਰੇ ਪਰਿਵਾਰ ਦੇ ਹੁਣ ਦਰਸ਼ਨ ਹੋ ਰਹੇ ਹੈ, ਇਸ ਤੋਂ ਬਾਅਦ ਇਹ ਸਾਰਿਆਂ ਦੇ ਦਰਸ਼ਨ ਤੇ ਸੱਚੀ ਦਰਗਾਹ 'ਚ ਹੀ ਜਾ ਕੇ ਹੋਣੇ ਹੈ, ਇਹ ਸਰਸਾ ਨਦੀ ਦੇ ਕਿਨਾਰੇ ਤੇ ਬੈਠ ਕੇ ਸਤਿਗੁਰੂ ਜੀ ਸਿਮਰਨ ਦੇ ਵਿੱਚ ਜੁੜਦੇ ਹੈ, ਜੋ ਉਸ ਜਗ੍ਹਾ ਤੇ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਵਿਚਾਰਾਂ ਇੱਥੋਂ ਤੱਕ ਹੀ ਸਮਾਪਤੀ ਹੈ। ਕੱਲ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਕੀ ਕੁਝ ਹੋਇਆ, ਜੋ ਕੁਛ ਵਾਪਰਿਆ, ਉਸ ਨੂੰ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗੇ।
ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਫਿਰ ਮੈਂ ਇਹੀ ਗੱਲ